अगर आपने हमारे चैनल को सब्सक्राइब नहीं किया है तो इसे सब्सक्राइब कर लें। राजस्थान और गुजरात में टिड्डी दल के हमले के बाद अब खतरा पंजाब के 3 जिलों पर भी टिड्डी दल का खतरा मंडरा रहा है। राजस्थान के बॉर्डर के साथ लगते पंजाब के 3 जिलों फाजिलका, बठिंडा, मुक्तसर के में किसानों की फसल को टिड्डी दल के हमले से बचाने के लिए की प्रबंध किए गए हैं। इस बारे हमारी टीम के साथ खास बात दौरान मुख्य कृषि अफसर जलो सिंह ने बताया कि कम की तरफ से जिले में टिड्डी दल के साथ पूर करने के लिए पुख्ता प्रबंध किए गए हैं। फायर ब्रिगेड की 9 गाड़ी का इंतजाम किया, टिड्डी दल को खत्म करने के लिए कोलोरो और मेलाथीन दवा का भी पुरवाए इंतजाम है। सर, टिड्डी दल का हमला राजस्थान गुजरात दे विच होया वड्डे पद्धर ते, हुण हौली हौली ये वध रहा पंजाब दे वल। सब तो जिहड़े पंजाब बॉर्डर ते राजस्थान बॉर्डर ते जिले है वो अफेक्टेड होने की कगार ते खड़े ने। मुक्तसर जिले दे विच किसानां दे लई फसल नूं बचाउण दे लई की प्रबंध कीते गए ने तुहाडे वल्लों, और प्रशासन नूं की अलर्ट कीता गया इहदे बारे ब्रीफ कर दिओ। ਇਹ ਮਾਨਯੋਗ ਡੀ ਸੀ ਸਾਹਿਬ ਦੇ ਨਿਸ਼ਾਦਰ ਦੇ ਹੇਠ 254 ਪਿੰਡਾਂ ਵਿੱਚ ਅਸੀਂ ਨੋਡਲ ਅਫਸਰ ਲਾਏ ਗਏ ਹੈ ਅਤੇ 10 ਪਿੰਡਾਂ ਮਗਰ ਇੱਕ ਕੋਆਰਡੀਨੇਟਰ ਲਾਇਆ ਗਿਆ ਅਤੇ ਏ ਡੀ ਸੀ ਜਰਨਲ ਸਾਹਿਬ ਸਾਡੇ ਜਿਹੜੇ ਜ਼ਿਲ੍ਹੇ ਦੇ ਨੋਡਲ ਅਫਸਰ ਆ ਅਤੇ ਨਾਲ ਜਿਹੜੇ ਅਲਾਈਡ ਡਿਪਾਰਟਮੈਂਟ ਆ 10, ਉਹਨਾਂ ਦੇ ਵੀ ਜਿਹੜੇ ਨੋਡਲ ਅਫਸਰ ਨਿਯੁਕਤ ਕੀਤੇ ਗਏ ਹੈ। ਅਤੇ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਕੋਲ ਦਵਾਈ ਹੈਗੀ 2700 ਲੀਟਰ ਲੈਂਡਾ ਵੀ ਆ ਅਤੇ ਕਲੋਰੋ ਵੀ ਹੈ ਅਤੇ ਅਲੱਗ ਅਲੱਗ ਸਟੇਸ਼ਨਾਂ 'ਤੇ ਮਤਲਬ ਲੰਮੀ ਮਲੋਟ ਅਤੇ ਮੁਕਤਸਰ ਰੱਖੀ ਗਈ ਹੈ। ਅਤੇ ਜਿਹੜਾ ਡੀ ਸੀ ਸਾਹਿਬ ਦੇ ਨਿਸ਼ਾ ਦਸ਼ਾ ਹੇਠ ਜਿਹੜਾ ਟਿੱਡੀ ਦਲ ਕੰਟਰੋਲ ਰੂਮ ਮਲੋਟ ਵਿਖੇ ਬਣਾਇਆ ਗਿਆ, ਜਿਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਰੱਖੀ ਗਈ ਆ ਪਿੰਡ ਲੈਵਲ ਦੀ ਵੀ ਕਿੰਨੇ ਪਿੰਡ ਲੈਵਲ ਦੇ ਪੰਪ ਹੈਗੇ ਆ, ਸਪਰੇ ਪੰਪ ਆ ਸਰਕਾਰੀ ਕਿੰਨੇ ਪੰਪ ਆ, ਕਿੰਨੀਆਂ ਟੈਂਕੀਆਂ ਹੈਗੀਆਂ, ਸਾਰਿਆਂ ਦਾ ਮਤਲਬ ਉੱਥੇ ਡਾਟਾ ਰੱਖਿਆ ਗਿਆ। ਜੇ ਲੋੜ ਪੈਣ 'ਤੇ ਉਹ ਇਹ ਜਿਹੜਾ ਮਟੀਰੀਅਲ ਆ ਵਰਤਿਆ ਜਾਊਗਾ। ਅਤੇ ਸਰ, ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਟਿੱਡੀ ਦਲ ਦਾ ਹਮਲਾ ਹੋਇਆ ਹੈ ਇਹ ਇਹਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ, ਕਿੰਨਾ ਕੁ ਖਦਸ਼ਾ ਹੈ ਹੋਣ ਦਾ? ਅਜੇ ਤੱਕ ਤਾਂ ਕੋਈ ਖਦਸ਼ਾ ਨਹੀਂ ਗਾ। ਜਿਹੜਾ ਪਿਛਲੇ ਲਾਸਟ ਦੇ ਵਿੱਚ 27 ਤਰੀਕ ਨੂੰ ਆਇਆ ਸੀ ਉਹ ਆਪਣੇ ਕੜਸਾਣਾ ਦੇ ਵਿੱਚ ਅਲੱਗ ਅਲੱਗ ਬਾਕਰ ਸੂਰਤਗੜ੍ਹ ਦੇ ਪਿੰਡਾਂ ਦੇ ਵਿੱਚ, ਨਾਲ ਹੀ ਇੱਧਰ ਹਨੂਮਾਨਗੜ੍ਹ ਦੇ ਪਿੰਡਾਂ ਦੇ ਵਿੱਚ ਰੋੜਾਂ ਵਾਲੀ ਪਿੰਡ ਸੈਟਲ ਹੋਇਆ ਸੀ। ਤਾਂ ਉਹ ਜਿਹੜੀ ਹਵਾ ਦਾ ਰੁੱਖ ਉੱਥੇ ਵਾਪਸ ਜਦੋਂ ਮੁੜਿਆ ਅਲੱਗ ਅਲੱਗ ਉਹ ਖਿਲਰ ਗਿਆ ਅਤੇ ਨੈਕਸਟ ਡੇ ਉਹਨਾਂ ਨੂੰ ਛੋਟੇ ਛੋਟੇ ਸਵਾਰਮ ਹੋ ਗਏ ਸੀ ਅਤੇ ਉਹਨਾਂ ਨੂੰ ਕੰਟਰੋਲ ਕੀਤਾ ਗਿਆ। ਅਤੇ ਸਰ, ਇਹ ਕਿਹੜੀ ਕਿਹੜੀ ਫਸਲ 'ਤੇ ਜ਼ਿਆਦਾ ਨੁਕਸਾਨ ਕਰਦਾ ਜੀ? ਇਹ ਸਭ ਤੋਂ ਪਹਿਲਾਂ ਤਾਂ ਜਿਹੜੇ ਉੱਚੇ ਟ੍ਰੀ ਹੈਗੇ ਆ 50 ਫੁੱਟ ਤੋਂ ਲੈ ਕੇ 100 ਫੁੱਟ ਤੱਕ ਉਹਨਾਂ 'ਤੇ ਬੈਠਦਾ। ਜੋ ਉਹਨਾਂ ਨੂੰ ਫਿਰ ਗਾਂ ਜਿਹੜੇ ਥੱਲੇ ਛੋਟੀ ਕਰੋਪ ਜਿਵੇਂ ਬਾਗ ਹੈਗੇ ਉਹਨਾਂ 'ਤੇ ਬੈਠੂਗਾ, ਬਾਗਾਂ ਤੋਂ ਬਾਅਦ ਜਾਂ ਕਰੋਪ 'ਤੇ ਆਊਗਾ ਜਿਵੇਂ ਨਰਮਾ ਕਰੋਪ ਹੈਗੀ ਉਹਦੇ 'ਤੇ ਬੈਠ ਸਕਦਾ। ਇਹ ਦਿਨ ਵੇਲੇ ਜਿਹੜਾ ਕੰਟਰੋਲ ਇਹੀ ਹੈ ਵੀ ਮਕੈਨੀਕਲ ਕੰਟਰੋਲ ਹੈ ਵੀ ਇਹਨੂੰ ਜਿਹੜਾ ਖੜਕਾ ਕਰਕੇ ਅਲੱਗ ਅਲੱਗ ਥਾਲੀਆਂ ਪੀਪੇ ਡਰੰਮ ਉਹਨਾਂ ਨਾਲ ਖੜਕਾ ਕਰਕੇ ਇਹਨੂੰ ਉਡਾਇਆ ਜਾ ਸਕਦਾ ਵੀ ਨਾ ਬੈਠਣ ਦਿੱਤਾ ਜਾਵੇ। ਦੂਸਰਾ ਜਿਹੜਾ ਜਿਹੜਾ ਕੈਮੀਕਲ ਕੰਟਰੋਲ ਇਹ ਹੈਗਾ, ਰਾਤ ਨੂੰ ਜਦੋਂ 6 ਵਜੇ ਨੇਰ ਸ਼ਾਮ ਹੋ ਜਾਂਦੀ ਆ ਉਦੋਂ ਉੱਚੇ ਦਰੱਖਤਾਂ 'ਤੇ ਬੈਠਦਾ, ਉਦੋਂ ਇਹ ਕੈਮੀਕਲ ਕੰਟਰੋਲ ਕੀਤਾ ਜਾ ਸਕਦਾ। ਜਿਵੇਂ ਸਾਡੇ ਕੋਲ ਲੈਂਬਡਾ ਹੈਗੀ ਆ, ਕਲੋਰੋ ਹੈਗੀ ਹੈ, ਉਦੋਂ ਅਸੀਂ ਫਾਇਰ ਬ੍ਰਿਗੇਡ ਗੱਡੀਆਂ ਵੀ ਹੈਗੀਆਂ, 9 ਗੱਡੀਆਂ ਹੈਗੀਆਂ ਮੁਕਤਸਰ ਦੇ ਵਿੱਚ। ਸਾਡੇ ਕੋਲ ਸਰਕਾਰੀ ਪੰਪ ਵੀ ਹੈਗੇ ਆ, KVK ਕੋਲ ਹੈਗੇ ਆ, ਹਾਰਟੀਕਲਚਰ ਕੋਲ ਹੈਗੇ ਆ, 908 ਜਿਹੜੇ ਫਾਰਮਰਾਂ ਕੋਲ ਵੀ ਅਲੱਗ ਅਲੱਗ ਪਿੰਡਾਂ 'ਚ ਪੰਪ ਹੈਗੇ ਆ, ਉਹਨਾਂ ਰਾਹੀਂ ਅਸੀਂ ਇਹਨੂੰ ਉੱਠਣ ਨਹੀਂ ਦੇਣਾ, ਰਾਤੇ ਰਾਤ ਕੰਟਰੋਲ ਕਰਾਂਗੇ। ਪਹਿਲਾਂ ਵੀ ਫਾਜ਼ਿਲਕਾ ਦੇ ਵਿੱਚ 6 ਵਾਰ ਆ ਚੁੱਕਿਆ, ਛੋਟੇ ਛੋਟੇ ਫਾਰਮਾਂ ਦੇ ਵਿੱਚ 100-200 ਦਰੱਖਤਾਂ 'ਤੇ ਆ ਕੇ ਬਹਿੰਦਾ ਰਿਹਾ, ਉਦੋਂ ਵੀ ਅਸੀਂ ਇਹਨੂੰ ਇਸੇ ਤਰ੍ਹਾਂ ਰਾਤੇ ਰਾਤ ਕੰਟਰੋਲ ਕੀਤਾ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਹਨੂੰ ਕੰਟਰੋਲ ਕੀਤਾ ਗਿਆ, ਉਦੋਂ ਬਾਅਦ ਇਹਦੀ ਜਿਹੜੀ ਧੁੱਪ ਚੜ੍ਹਨ ਤੋਂ ਬਾਅਦ ਇਹਦੀ ਮੂਵਮੈਂਟ ਹੋ ਜਾਂਦੀ। ਇਸ ਕਰਕੇ ਸਾਡੀ ਜਿਹੜੀ ਕੋਸ਼ਿਸ਼ ਇਹੀ ਹੈ ਵੀ ਜਦੋਂ ਸੈਟਲ ਹੋ ਗਿਆ ਇਹਨੂੰ ਮਤਲਬ ਉੱਠ ਕੇ ਸੁਭਾਅ ਨਹੀਂ ਜਾਣ ਦਿੱਤਾ ਜਾਊਗਾ, ਰਾਤੇ ਰਾਤ ਉੱਥੇ ਕੰਟਰੋਲ ਕੀਤਾ ਜਾਊਗਾ ਦਰੱਖਤਾਂ ਦੇ ਉੱਤੇ। ਸਰ, ਕਿਸਾਨਾਂ ਨੂੰ ਅਵੇਅਰ ਕਰਨ ਲਈ ਮਤਲਬ ਉਹਨਾਂ ਨੂੰ ਇਨਫੋਰਮ ਕਰਨ ਲਈ ਕੀ ਮਾਧਿਅਮ ਅਪਣਾਇਆ ਗਿਆ? ਫਾਰਮਰ ਦਾ ਇਹ ਪਹਿਲਾਂ ਵੀ ਜਿਹੜੇ ਲਾਸਟ ਈਅਰ ਦੇ ਵਿੱਚ ਨਵੰਬਰ ਤੋਂ ਵੀ ਇਹ ਟੀਮਾਂ ਬਣੀਆਂ ਸੀ, ਉਦੋਂ ਵੀ ਅਸੀਂ ਸਾਰੇ ਜਿਹੜੇ ਫਾਰਮਰਾਂ ਨੂੰ ਜਾਗਰੂਕ ਕੀਤਾ ਗਿਆ ਸੀਗਾ, ਇਸੇ ਤਰ੍ਹਾਂ ਨੋਡਲ ਅਫਸਰ ਲਾਏ ਗਏ ਸੀ। ਉਸੇ ਪੈਟਰਨ ਦੇ ਹੁਣ ਵੀ ਸਾਰੇ ਜਿਹੜੇ ਜ਼ਿਲ੍ਹੇ ਦੇ ਵਿੱਚ ਨੋਡਲ ਜਿਹੜੇ ਅਫਸਰ ਲਾਏ ਗਏ ਆ, ਕੋਆਰਡੀਨੇਟਰ ਲਾਏ ਗਏ ਆ, ਅਤੇ ਹੁਣ ਵੀ ਜਿਹੜੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਉਹ ਮਤਲਬ ਇਹਦੇ ਪ੍ਰਤੀ ਜਾਗਰੂਕ ਕੀਤਾ ਰਿਹਾ, ਅਵੇਅਰਨੈਸ ਕੀਤੀ ਜਾ ਰਹੀ ਆ। ਇਹ 5 ਦਿਨਾਂ ਦੇ ਅੰਦਰ ਵਿੱਚ, ਅੱਜ ਤੋਂ 5 ਦਿਨਾਂ ਦੇ ਅੰਦਰ ਵੀ ਇਸ ਨੂੰ ਜਿਹੜੀ ਮੌਕ ਡਰਿੱਲ ਵੀ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ,
ਅਤੇ ਇਹਨੂੰ ਜਿਹੜੇ ਕਿਸਾਨਾਂ ਨੂੰ ਜਿਹੜੇ ਛੋਟੇ ਗਰੁੱਪਾਂ ਦੇ ਘੱਟੋ ਘੱਟ 20 ਫਾਰਮਰ ਨੇ ਇਕੱਠੇ ਕਰਕੇ ਉਹਨਾਂ ਨੂੰ ਅਵੇਅਰ ਵੀ ਕੀਤਾ ਜਾਊਗਾ। ਗਿੱਦੜ ਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ।